ਕੀਤਾ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ ਕਯੋ ਦੇ ਨਾਲ ਵੀ ਤਾਰੇ ਗਿਣੇ ਹੋਣਗੇ ਕਿਆ ਬਾਤ ਹੈ ਕਿਆ ਬਾਤ ਹੈ ਬੱਚੋ ਨੇ ਹੰਝੂ ਖਾਰੇ ਗਿਣੇ ਹੋਣਗੇ ਕਿਆ ਬਾਤ ਹੈ ਕਿਆ ਬਾਤ ਹੈ ਉਹਨੂੰ ਵੀ ਨੀ ਮੇਰੇ ਵਾਂਗ ਦੱਸਿਆ ਹੋਣਾ ਕੀ ਕੱਲ ਉਹਦੇ ਹਿੱਸੇ ਧੋਖਿਆਂ ਦੀ ਆਈ ਰਾਤ ਹੈ ਬਿਤਾਈ ਰਾਤ ਕਿੰਨਾ ਚਿਰ ਬੇੜੀ ਨੂੰ ਚਲਾਏਗਾ ਕਦੇ ਤਾਂ ਕਿਨਾਰੇ ਉੱਤੇ ਆਏਗਾ ਬੜਾ ਵੀ ਨਾ ਮਾਣ ਕਰ ਸੋਹਣਿਆ ਕਦੇ ਨਾ ਕਦੇ ਤਾਂ ਧੋਖਾ ਖਾਏਗਾ ਮੰਨਿਆ ਤੂੰ ਲਿਖਣੇ ਦਾ ਸ਼ੌਕੀ ਸੋਹਣਿਆ ਪਰ ਉਜਲੇ ਮੈਂ ਤੇਰੇ ਉੱਤੇ ਗਾਈ ਰਾਤ ਹੈ ਕਿਆ ਬਾਤ ਹੈ ਵੇ ਚਿੱਟਾ ਕਿਆ ਬਾਤ ਹੈ ਕੱਲ ਤੁਸੀਂ ਕਿਹਦੇ ਨਾਲ ਬਿਤਾਈ ਰਾਤ ਹੈ ਕਿਆ ਬਾਤ ਹੈ ਵੇ ਚਿੱਟਾ ਕਿਆ ਬਾਤ ਹੈ ਕੱਲ ਤੁਸੀਂ ਕਿਹਦੇ ਨਾਲ ਬਿਤਾਈ ਰਾਤ ਹੈ ਕੱਲ ਤੁਸੀਂ ਕਿਹਦੇ ਨਾਲ ਬਿਤਾਈ ਰਾਤ ਹੈ ਕਦੋਂ ਕਿੱਥੇ ਕਿਹੜੇ ਸ਼ਹਿਰ ਮਿਲੇ ਸੀ ਥਾਂ ਦੱਸ ਦੇ ਵੇ ਥਾਂ ਦੱਸ ਦੇ ਚੱਲ ਬਾਕੀ ਛੱਡ ਮੈਨੂੰ ਹੌਲੀ ਨਾਰਦਾ ਨਾ ਦੱਸ ਦੇ ਵੇ ਨਾ ਦੱਸ ਦੇ ਆਉਂਦੀ ਜੇ ਸ਼ਰਮ ਵੇ ਮੈਂ ਉਹਨੂੰ ਪੁੱਛ ਲੂੰ ਜੱਟਾ ਉਹਨੇ ਕਿੱਦਾਂ ਤੇਰੇ ਨਾਲ ਲੰਘਾਈ ਰਾਤ ਹੈ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ ਬਿਲਕੁਲ ਸਰ ਜੋਤਿਸ਼ਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਜ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ ਵਿੱਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ 9968 26004